ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਮਸਿਆ ਵਾਲੇ ਦਿਨ ਇਹ ਪੰਜ ਕੰਮ ਕਰਨ ਵਾਲਾ ਕਦੇ ਵੀ ਅਮੀਰ ਤੇ ਸੁਖੀ ਨਹੀਂ ਰਹਿ ਸਕਦਾ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਗੁਰਬਾਣੀ ਕਥਾ ਵਿਚਾਰ ਵਿਸ਼ੇ ਦੀ ਆਪਾਂ ਸਾਂਝ ਪਾਉਨੇ ਇੱਕ ਵਾਰ ਨਾ ਇੱਕ ਸੰਤ ਜੀ ਆਪਣੇ ਕੁਝ ਚੇਲਿਆਂ ਨੂੰ ਨਾਲ ਲੈ ਕੇ ਤੇ ਕਿਸੇ ਥਾਂ ਦੇ ਦਰਸ਼ਨ ਦਿਦਾਰ ਕਰਨ ਜਾ ਰਹੇ ਹੁੰਦੇ ਨੇ ਕਿੰਨੇ ਸਮਾਂ ਤੋਂ ਉਹ ਪੈਦਲ ਯਾਤਰਾ ਕਰ ਰਹੇ ਹੁੰਦੇ ਨੇ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਜਿੱਥੇ ਵੀ ਰਾਤ ਪੈਂਦੀ ਹੈ ਤੇ ਉੱਥੇ ਰੁਕ ਜਾਂਦੇ ਨੇ ਅੱਜ ਜਦੋਂ ਰਾਤ ਨੂੰ ਰੁਕਦੇ ਆ ਤੇ ਉੱਥੇ ਬੜਾ ਸੰਘਣਾ ਜੰਗਲ ਹੁੰਦਾ ਜਦੋਂ ਸੰਤ ਜੀ ਇੱਕ ਪੱਥਰ ਦੇ ਕੋਲ ਬੈਠੇ ਤੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਇੱਥੇ ਹੀ ਅੱਜ ਵਿਸ਼ਰਾਮ ਕਰ ਲਓ ਆਪਣਾ ਭੋਜਨ ਪਕਾਓ ਤੇ ਆਪਾਂ ਰਾਤ ਇੱਥੇ ਹੀ ਸੋਵਾਂਗੇ ਸਵੇਰੇ ਪ੍ਰਭਾਤ ਵੇਲੇ ਦੇ ਨਾਲ ਆਪਾਂ ਇੱਥੋਂ ਅੱਗੇ ਚਲੇ ਜਾਵਾਂਗੇ ਹਜੇ ਸੰਤ ਜੀ ਉੱਥੇ ਬੈਠੇ ਸੀ ਤੇ ਬੜੀ ਉੱਚੀ ਉੱਚੀ ਕੁਝ ਲੋਕਾਂ ਦੀ ਰੋਂ ਦੀ ਆਵਾਜ਼ ਆਉਣ ਲੱਗ ਜਾਂਦੀ। ਸੰਤ ਜੀ ਚਾਰੇ ਪਾਸੇ ਦੇਖਦੇ ਆ ਪਰ ਉਹਨਾਂ ਨੂੰ ਉੱਥੇ ਕੋਈ ਨਹੀਂ ਦੇਖਦਾ। ਸੰਤ ਜੀ ਆਪਣੇ ਨਾਲ ਆਏ ਕੁਝ ਜਣਿਆਂ ਨੂੰ ਕਹਿੰਦੇ ਆ ਵੀ ਜਾਓ ਤੇ ਦੇਖੋ ਇੱਥੇ ਕੌਣ ਇੰਨੀ ਉੱਚੀ ਉੱਚੀ ਰਾਤ ਨੂੰ ਰੋਂਦੇ ਆ ਸ਼ਾਇਦ ਕਿਸੇ ਨੂੰ ਆਪਣੀ ਮਦਦ ਦੀ ਜ਼ਰੂਰਤ ਹੋਵੇ। ਉਹ ਖੜੇ ਹੋਏ ਤੇ ਆਸੇ-ਪਾਸੇ ਦੇਖਿਆ। ਉਹ ਕਾਫੀ ਦੂਰੀ ਤੇ ਚਲੇ ਗਏ। ਉਹਨਾਂ ਨੂੰ ਤੇ ਵੈਸੇ ਵੀ ਆਵਾਜ਼ ਰੋਂ ਦੀ ਸੁਣਦੀ ਹੋਈ ਨਹੀਂ ਸੀ ਪਈ। ਉਹਦੇ ਸਿਰਫ ਆਪਣੇ ਗੁਰੂ ਦੀ ਆਗਿਆ ਮੰਨ ਕੇ ਤੇ ਉਥੇ ਆਗੇ ਸੀ ਆਸੇ-ਪਾਸੇ ਦੇਖਿਆ ਤੇ ਕਿਹਾ ਸੰਤ ਜੀ ਸਾਨੂੰ ਤਾਂ ਕੋਈ ਵੀ ਦਿਖਾਈ ਨਹੀਂ ਦਿੱਤਾ ਵੀ ਜੋ ਰੋਂਦੇ ਸੰਤ ਜੀ ਕਹਿੰਦੇ ਚਲੋ ਕੋਈ ਨਾ ਤੁਸੀਂ ਇੱਥੇ ਬੈਠੋ ਮੈਂ ਦੇਖਦਾ ਸੰਤ ਜੀ ਨੂੰ ਜਿਵੇਂ-ਜਿਵੇਂ ਅੱਗੇ ਚਾਈ ਜਾਣ ਰੋਂਨ ਦੀ ਆਵਾਜ਼ ਹੋਰ ਉੱਚੀ ਜਾਵੇ ਕੁਝ ਦੂਰੀ ਤੇ ਜਾ ਕੇ ਉਹਨਾਂ ਦੇਖਿਆ ਕਿ ਇੱਕ ਖੂਹ ਦੇ ਵਿੱਚੋਂ ਆਵਾਜ਼ ਆਉਂਦੀ ਸੰਤ ਜੀ ਥੋੜੀ ਥੱਲੇ ਝਾਤ ਮਾਰੀ ਜਿਹੜੇ ਨਾਲ ਦੇ ਚੇਲਿਆਂ ਨੂੰ ਕਿਹਾ ਆਵਾਜ਼ ਇੱਥੋਂ ਆਉਂਦੀ ਸੀ ਪਰ ਆਵਾਜ਼ ਉਹਨਾਂ ਨੂੰ ਹਜੇ ਵੀ ਨਹੀਂ ਸੀ ਸੁਣਦੀ ਪਈ ਜਦੋਂ ਆਵਾਜ਼ ਇੰਨੀ ਉੱਚੀ-ਉੱਚੀ ਆਈ ਤਾਂ ਉਹ ਸੰਤ ਜੀ ਕਹਿੰਦੇ ਤੁਸੀਂ ਕੌਣ ਤੇ ਇੱਥੇ ਕਿਵੇਂ ਤਾਂ ਉਹਨਾਂ ਅੱਗਾ ਉਹਨਾਂ ਅੱਗੋ ਕਿਹਾ ਜੀ ਆਪਣੇ ਕਰਮਾਂ ਦਾ ਫਲ ਭੋਗਦੇ ਪਿਆ ਜਦੋਂ ਸੰਤ ਜੀ ਨੂੰ ਉਹ ਵਾਰਤਾ ਲਾਭ ਕਰਦੇ ਸੁਣਦਿਆਂ ਤੇ ਥੋੜਾ ਜਿਹਾ ਸਹਿਮ ਜਾਂਦੇ ਸੰਤ ਜੀ ਕਹਿੰਦੇ ਡਰੋ ਨਾ ਇਹ ਮਾੜੀਆਂ ਰੂਹਾਂ ਨੇ ਆਪਣੇ ਕਰਮ ਭੋਗੰਦੇ ਨੇ ਉਹ ਸਾਰੇ ਜਣੇ ਇਕੱਠੇ ਹੋ ਕੇ ਤੇ ਜਿਵੇਂ ਡਰ ਕੇ ਉੱਥੇ ਹੀ ਬੈਠ ਕੇ ਸੰਤ ਜੀ ਕਹਿੰਦੇ ਪਲੇਪੁਰ ਕੋ ਤੁਸੀਂ ਨਾ ਡਰੋ ਤੁਸੀਂ ਤੇ ਚੰਗੇ ਕਰਮ ਕਰਦੇ ਪਿਓ ਇਹ ਤੇ ਮਾੜੇ ਕਰਮ ਕੀਤੇ ਸੀ ਤਾਂ ਮਾੜੀਆਂ ਰੂਹਾਂ ਬਣੀਆਂ ਨੇ ਸੰਤ ਜੀ ਕਹਿੰਦੇ ਇਹਨਾਂ ਤੋਂ ਡਰੋ ਨਾ ਸਗੋ ਇਹਨਾਂ ਤੋਂ ਸਿੱਖੋ ਵੀ ਕਿਹੜੇ ਕਾਰਨਾ ਕਰਕੇ ਇਹ ਅੱਜ ਇਹ ਨਰਕ ਭੋਗ ਰਹੇ ਨੇ ਉਹ ਕਹਿੰਦੇ ਸਭ ਤੋਂ ਪਹਿਲੇ ਨੂੰ ਪੁੱਛਦੇ ਵੀ ਤੂੰ ਕੀ ਐਸਾ ਕਰਮ ਕੀਤਾ ਵੀ ਜੋ ਤੇਰੇ ਪੱਲੇ ਰੋਣਾ ਹੀ ਪੈ ਗਿਆ ਤੇ ਤੂੰ ਉੱਚੀ ਉੱਚੀ ਰੋਣ ਦੇ ਕਹਿੰਦਾ ਜੀ ਮੈਂ ਮੰਗਤਾ ਸੀ ਮੈਨੂੰ ਸਾਰੇ ਨਗਰ ਦੇ ਲੋਕ ਅਨ ਧਨ ਦਿੰਦੇ ਸੀ ਜੇ ਸਤੇ ਨਾ ਪੁੰਨਿਆ ਮਸਿਆ ਕੁਝ ਹੁਣ ਮੂਹ ਨੇਰੇ ਮੈਨੂੰ ਬੜਾ ਕੁਝ ਦੇ ਕੇ ਜਾਣਾ ਐਨਾ ਅਨਤਨ ਸੀ ਇਕੱਲੇ ਤੋਂ ਮੁਕਦਾ ਨਹੀਂ ਸੀ ਸਾਰਾ ਕੁਝ ਮੈਂ ਭੋਗ ਵਿਲਾਸ ਵਿੱਚ ਖਰਚ ਕਰ ਦਿੰਦਾ ਸੀ ਇਸ ਕਾਰਨ ਅੱਜ ਐਨੇ ਦੁੱਖ ਨੇ ਵੀ ਮੇਰੇ ਪੱਲੇ ਰੋਣਾ ਹੀ ਪੈ ਗਿਆ ਸੰਤ ਜੀ ਨੇ ਅਗਲੇ ਨੂੰ ਪੁੱਛਿਆ ਵੀ ਤੂੰ ਕਿਉਂ ਐਵੇਂ ਬੈਠਾ ਹੈ ਵੀ ਤੂੰ ਕਿਉਂ ਉੱਚੀ ਉੱਚੀ ਰੋਂਦਿਆ ਅਗਲਾ ਕਹਿੰਦਾ ਜੀ ਮੈਂ ਸਰੀਰ ਪੱਖੋਂ ਬੜਾ ਜ਼ਿਆਦਾ ਬਲਵਾਨ ਸੀ ਮੈਂ ਆਪਣੀ ਤਾਕਤ ਦਾ ਗਲਤ ਫਾਇਦਾ ਚੁੱਕਦਾ ਸੀ ਗਰੀਬ ਲਾਚਾਰ ਲੋਕਾਂ ਤੋਂ ਜਿਸ ਦਿਨ ਕਹਿੰਦੇ ਹਨੇਰਾ ਜ਼ਿਆਦਾ ਹੋਣਾ ਮੱਸੀਆਲੇ ਦਿਨ ਰਾਤ ਨੂੰ ਬਹੁਤ ਹਨੇਰਾ ਹੁੰਦਾ ਮੈਂ ਲੋਕਾਂ ਨੂੰ ਤੰਗ ਕਰਨਾ ਲੁੱਟਾਂ ਖਸੁੱਟਾਂ ਕਰਨੀਆਂ ਤੇ ਪੂਰਾ ਮਹੀਨਾ ਉਹਦੇ ਨਾਲ ਕੱਢ ਲਿਆ ਕਰਨ ਤੀਜੇ ਨੂੰ ਪੁੱਛਣਾ ਵੀ ਤੂੰ ਕਿਉਂ ਰੋ ਰਹੀ ਹੈ ਕਹਿੰਦਾ ਜੀ ਮੈਂ ਇਸ ਨਗਰ ਦਾ ਸ਼ਾਹੂਕਾਰ ਸੀ ਅਸੀਂ ਪੰਜੇ ਇੱਕੋ ਨਗਰ ਚ ਰਹਿੰਦੇ ਸੀ ਮੈਂ ਹਮੇਸ਼ਾ ਨਾ ਹਰ ਇੱਕ ਚੀਜ਼ ਚ ਆਪਣਾ ਫਾਇਦਾ ਸੋਚਦਾ ਸੀ ਵੀ ਮੈਨੂੰ ਕਿੱਥੋਂ ਨਫਾ ਹੋ ਸਕਦਾ ਜਿਸ ਦਿਨ ਕਹਿੰਦੇ ਮੂਹ ਹਨੇਰੇ ਮੈਂ ਰਾਤ ਨੂੰ ਜਦੋਂ ਘੁੱਪ ਹਨੇਰਾ ਹੋ ਜਾਣਾ ਕਹਿੰਦੇ ਮੱਸੀਆ ਵਾਲਾ ਦਿਨ ਐਸਾ ਹੁੰਦਾ ਸੀ ਵੀ ਲੋਕਾਂ ਦੇ ਘਰ ਇੰਨਾ ਹਨੇਰਾ ਹੁੰਦਾ ਸੀ ਵੀ ਜੇਕਰ ਥੱਲੇ ਕੋਈ ਚੀਜ਼ ਦੇਖੇ ਤੇ ਉਹ ਵੀ ਨਹੀਂ ਸੀ ਲੱਭਦੀ ਕਹਿੰਦੇ ਮੈਂ ਉਸ ਦਿਨਾਂ ਹਰ ਇੱਕ ਚੀਜ਼ ਦਾਲ ਚੋਲ ਜੋ ਵੀ ਖਾਣਲ ਚੀਜ਼ਾਂ ਸਨ ਉਹ ਚ ਬੜੀਆਂ ਸਾਰੇ ਪੱਥਰ ਤੇ ਰੰਗ ਬਰੰਗੀਆਂ ਹੋਰ ਚੀਜ਼ਾਂ ਪਾ ਕੇ ਤੇ ਮਿਲਾਵਟ ਕਰ ਦਿੰਦਾ ਸੀ ਜਿਸ ਕਾਰਨ ਫਿਰ ਕਈ ਲੋਕਾਂ ਦੀ ਜਾਨ ਚਲੀ ਗਈ ਤੇ ਉਸ ਕਾਰਨ ਇਹ ਦੁੱਖ ਮੈਨੂੰ ਮਿਲੇ ਨੇ ਸੰਤ ਜੀ ਕਹਿੰਦੇ ਵੀ ਤੇਨੂੰ ਤਾਂ ਮਿਲ ਲਈ ਸੀ ਚੌਥੇ ਨੇ ਪੁੱਛਿਆ ਵੀ ਤੂੰ ਦੱਸ ਉਹ ਕਹਿੰਦਾ ਜੀ ਮੈਂ ਨਾ ਬੜਾ ਆਲਸੀ ਸੀ ਮੈਨੂੰ ਆਪਣੇ ਮੰਜੇ ਨਾਲ ਬੜਾ ਪਿਆਰ ਸੀ ਮੈਂ ਨਾ ਹਰ ਸਮੇਂ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਰਹਿੰਦਾ ਸੀ ਵਿੱਕੀ ਸੇ ਆਨੇ ਬਹਾਨੇ ਕੰਮ ਟਾਲੀ ਜਾਵੇ ਮਾਪਿਓ ਨੂੰ ਮਾੜਾ ਬੋਲਦਾ ਸੀ ਜੋ ਵੀ ਕਮਾਈ ਸੀ ਉਹ ਸਭ ਉਡਾ ਦਿੱਤੀ ਵਿਅਰਥ ਦੇ ਸ਼ੌਂਕਾਂ ਪਿੱਛੇ ਉਸ ਕਾਰਨ ਇਹ ਦੁੱਖ ਮਿਲੇ ਨੇ ਤੇ ਮੇਰੇ ਪੱਲੇ ਇੰਨਾ ਰੋਣਾ ਪੈ ਗਿਆ ਕਿ ਇਸ ਤੋਂ ਬਿਨਾ ਮੇਰੇ ਝੋਲੀ 'ਚ ਹੋਰ ਕੁਝ ਨਹੀਂ ਹੈਗਾ। ਕਹਿੰਦਾ ਮੈਂ ਸਿਰਫ ਤੇ ਸਿਰਫ ਆਪਣੇ ਮਾਪਿਆਂ ਨੂੰ ਜੋ ਮਾੜਾ ਬੋਲਦਾ ਸੀ ਉਹ ਕਰਮ ਕਰਕੇ ਅੱਜ ਮੇਰੇ ਪੱਲੇ ਇਹ ਰੋਣਾ ਪਿਆ। ਸੰਤ ਜੀ ਕਹਿੰਦੇ ਪੰਜਵੇਂ ਨੂੰ ਕਹਿੰਦੇ ਵੀ ਤੂੰ ਦੱਸ ਤੂੰ ਕਿਉਂ ਇਹ ਨਰਕ ਭੋਗਨਦਿਆ? ਕਹਿੰਦਾ ਜੀ ਮੈਂ ਨਾ ਇਹਨਾਂ ਦੇ ਨਾਲ ਹੀ ਰਿਹਾ ਕਰਦਾ ਸੀ ਤੇ ਸਾਡੇ ਪਿੰਡ 'ਨਾ ਇੱਕ ਰੁੱਖ ਸੀ ਤੇ ਉੱਥੇ ਬੜੇ سارے ਲੋਕ ਆਪਣਾ ਕੰਮ ਧੰਦਾ ਕਰਕੇ ਤੇ ਬੈਠ ਜਾਇਆ ਕਰਦੇ ਸੀ। ਕਹਿੰਦੇ ਮੈਂ ਉਹ ਸਾਰੇਆਂ ਲੋਕਾਂ ਨੂੰ ਨਾ ਸਾਰੇ ਨਗਰ ਦੇ ਲੋਕਾਂ ਦੀ ਨਿੰਦਿਆ ਕਰਿਆ ਕਰਦਾ ਸੀ ਹਰ ਇੱਕ ਨੂੰ ਮਾੜਾ ਬੋਲਦਾ ਸੀ ਜੇ ਕਿਸੇ ਬਾਰੇ ਕੋਈ ਖਬਰ ਫੈਲਨੀ ਤੇ ਉਹਦੇ ਨਾਲ ਚਾਰ ਹੋਰ ਲਾ ਕੇ ਤੇ ਮੈਂ ਅੱਗੇ ਤੱਕ ਉਹ ਖਬਰ ਪਹੁੰਚਾਇਆ ਕਰਦਾ ਸੀ ਉਹ ਕਰਮ ਕਰਕੇ ਦੁੱਖ ਮਿਲੇ ਨੇ ਜਿਸ ਕਾਰਨ ਲੱਗਦਾ ਹੈ ਵੀ ਦੁੱਖਾਂ ਤੋਂ ਬਿਨਾ ਮੇਰੀ ਜ਼ਿੰਦਗੀ 'ਚ ਹੋਰ ਕੁਝ ਨਹੀਂ ਹੈਗਾ ਤੇ ਕਈ ਜਨਮ ਹੋ ਗਏ ਨੇ ਤੇ ਹਜੇ ਤੱਕ ਅਸੀਂ ਦੁੱਖ ਉਹ ਕਹਿੰਦੇ ਆ ਸੰਤ ਜੀ ਨੇ ਨਾ ਆਪਣੇ ਸਾਰੇ ਜਿੰਨੇ ਵੀ ਨਾਲ ਚੇਲੇ ਆਏ ਸੀ ਉਨਾ ਨੁਕੀਆ ਪਤਾ ਲੱਗੇ ਦੁੱਖਾਂ ਦਾ ਜ਼ਿੰਮੇਵਾਰ ਮਨੁੱਖ ਖੋਦੇ ਆਪਾਂ ਇਹ ਨਹੀਂ ਸੋਚਦੇ ਬੁਰਾਈ ਕੁਝ ਪਲ ਸੁਖ ਦਿੰਦੀ ਨਿੰਦਿਆ ਕਰਦੇ ਹੋ ਕੁਝ ਪਲ ਰਸ ਮਿਲਦਾ ਜੇਕਰ ਆਲਸ ਕਰਦੇ ਹੋ ਤੇ ਕੁਝ ਸਮੇਂ ਨੀਂਦ ਹੀ ਲੈ ਲੈਂਦੇ ਹੋ ਪਰ ਜਿਹੜਾ ਉਹਦੇ ਨਾਲ ਦੋਖਾ ਉਹ ਸਾਰੀ ਜ਼ਿੰਦਗੀ ਦਾ ਕਹ ਲੋ ਕਰਮਾਂ ਦੇ ਮਿਲਾਵਟ ਕਰਕੇ ਕੁਝ ਨਫਾ ਆਪਾਂ ਇਕੱਠਾ ਕਰ ਲਿਆ ਪਰ ਉਹਦੇ ਨਾਲ ਜਿਹੜਾ ਦੋਖਾ ਜੇਕਰ ਆਪਾਂ ਆਪਣੇ ਘਰ ਦੁੱਧ ਉਸ ਆਪਾਂ ਘੁੱਟ ਪਾਣੀ ਵੀ ਪਾਨਦੇ ਆ ਨਾ ਤਾਂ ਉਹਦਾ ਵੀ ਆਪਾਂ ਨੂੰ ਕਿਤੇ ਨਾ ਕਿਤੇ ਸਜ਼ਾ ਮਿਲਦੀ ਜੇ ਆਪਾਂ ਤਾਕਤ ਵਾਲਿਆਂ ਤੇ ਆਪਾਂ ਕਿਸੇ ਨੂੰ ਅੱਗੇ ਜ਼ੋਰ ਜਮਾਈਸ ਕਰ ਲਈ ਉਹ ਵੀ ਕਰਮ ਹਮੇਸ਼ਾ ਆਪਾਂ ਨੂੰ ਨੁਕਸਾਨ ਪਹੁੰਚਾਉਂਦਾ ਜੇ ਆਪਾਂ ਨੂੰ ਕੋਈ ਚੀਜ਼ ਮਿਲਦੀ ਹੈ ਤੇ ਆਪਾਂ ਉਹਦਾ ਵਿਅਰਥ ਕਿਤੇ ਨਾ ਕਿਤੇ ਇਸਤੇਮਾਲ ਕਰਦੇ ਆ ਤੇ ਉਹ ਵੀ ਕਹਿੰਦੇ ਪਾਪ ਹੈ ਇੱਕ ਕੁਝ ਪਲ ਦੇ ਸੁੱਖ ਜ਼ਰੂਰ ਨੇ ਪਰ ਇਸ ਦੀ ਸਜ਼ਾ ਕਈ ਜਨਮਾਂ ਤੱਕ ਮਨੁੱਖ ਨੂੰ ਪੋਗਣੀ ਪੈਂਦੀ ਹੈ ਕੁਦਰਤ ਦਾ ਇੱਕ ਨਿਯਮ ਹੈ ਹਰ ਇੱਕ ਕਰਮ ਹਰ ਇੱਕ ਚੀਜ਼ ਦਾ ਫਲ ਦਿੰਦੀ ਭਾਵੇਂ ਤੁਸੀਂ ਚੰਗਾ ਕਰੋ ਤੇ ਭਾਵੇਂ ਮਾੜਾ ਜੇ ਮਨੁੱਖ ਅਮੀਰ ਤੇ ਸੁਖੀ ਹੋਣਾ ਚਾਹੁੰਦਾ ਤਾਂ ਉਸ ਨੂੰ ਹਮੇਸ਼ਾ ਸੱਚ ਦੀ ਰਾਹ ਤੇ ਚੱਲਣਾ ਪੈਣਾ ਹੈ ਜੇ ਕੋਈ ਗਲਤੀ ਹੋ ਜਾਵੇ ਤਾਂ ਹਮੇਸ਼ਾ ਉਸ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਇਹ ਪੰਜ ਕੰਮ ਕਰਦੇ ਹੋ ਨਾ ਤਾਂ ਕਦੀ ਅਮੀਰ ਹੋ ਸਕਦੇ ਹੋ ਨਾ ਹੀ ਕਦੀ ਸੁਖੀ ਰਹਿ ਸਕਦੇ ਹੋ ਤੇ ਅਗਲੇ ਜਨਮ ਵੀ ਦੁੱਖਾਂ ਵਿੱਚ ਲੰਘਣਗੇ ਪਹਿਲਾ ਜੇ ਕਿਸੇ ਗਰੀਬ ਨੂੰ ਸਤਾਉਂਦੇ ਐਵੇਂ ਦਮਨੁਕ ਜ਼ਿੰਦਗੀ ਵਿੱਚ ਕਦੇ ਸੁਖੀ ਤੇ ਅਮੀਰ ਨਹੀਂ ਹੋ ਪਾਉਂਦਾ ਦੂਜਾ ਜੋ ਮਨੁੱਖ ਹਮੇਸ਼ਾ ਨਫਾ ਸੋਚਦਾ ਤੇ ਆਪਣੇ ਨਫੇ ਲਈ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਭਾਵੇਂ ਘੁੱਟ ਪਾਣੀ ਹੀ ਦੁੱਧ ਵਿੱਚ ਕਿਉਂ ਨਾ ਪਾਵੋ ਉਹ ਵੀ ਤੁਹਾਡਾ ਨੁਕਸਾਨ ਹੀ ਕਰੇਗਾ ਤੀਜਾ ਜੇ ਆਪਾਂ ਨੂੰ ਕੋਈ ਵੀ ਚੀਜ਼ ਦਾਨ ਜਾਂ ਕੋਈ ਕਿਤੋਂ ਮਿਲਦੀ ਹੈ ਤਾਂ ਆਪਾਂ ਉਸ ਦਾ ਸਦਉਪਯੋਗ ਕਰੀਏ ਮਾੜੀ ਥਾਂ ਵਰਤਾਂਗੇ ਤੇ ਹਮੇਸ਼ਾ ਮਾੜਾ ਹੀ ਹੋਵੇਗਾ ਚੌਥਾ ਜੇ ਆਪਣੇ ਮਾਪਿਆਂ ਜਾਂ ਕਿਸੇ ਨੂੰ ਵੀ ਆਪਾਂ ਮੂੰਹੋਂ ਮਾੜਾ ਬੋਲ ਬੋਲਦੇ ਆਂ ਜਿਸ ਦੇ ਨਾਲ ਕਿਸੇ ਦਾ ਦਿਲ ਦੁਖਦਾ ਜਿਮੇਵਾਰੀ ਤੋਂ ਭੱਜਦੇ ਆਂ ਇਹ ਆਲਸ ਕਰਦੇ ਆਂ ਉਹ ਕਦੇ ਸੁਖੀ ਨਹੀਂ ਰਹਿ ਸਕਦਾ ਤੇ ਨਾ ਅਮੀਰ ਹੋ ਸਕਦਾ ਪੰਜਵਾਂ ਜੋ ਦੂਜਿਆਂ ਦੀ ਨਿੰਦਿਆ ਕਰਦਾ ਉਹ ਤਾਂ ਕਦੇ ਵੀ ਕਿਸੇ ਜਨਮ ਵਿੱਚ ਵੀ ਸੁਖੀ ਨਹੀਂ ਰਹਿ ਸਕਦਾ ਤੇ ਨਾ ਹੀ ਅਮੀਰ ਹੋ ਸਕਦਾ ਹੁਣ ਆਪਾਂ ਤੈਅ ਕਰਨਾ ਹੈ ਵੀ ਇਹ ਪੰਜ ਕੰਮ ਛੱਡਣੇ ਆ ਜਾਂ ਫਿਰ ਆਪਾਂ ਆਪਣੀ ਜ਼ਿੰਦਗੀ 'ਚ ਦੁੱਖਾਂ ਨੂੰ ਆਪ ਲੈ ਕੇ ਆਉਣੇ ਆ ਅਮੀਰ ਹੋਣਾ ਸੁਖੀ ਹੋਣਾ ਆਪਣੇ ਹੱਥ ਵਸੈ ਫਿਰ ਆਓ ਇਹ ਕਰਮ ਤੋਂ ਬਚੀਏ